ਸਾਗਰ ਦੀ ਵਹੁਟੀ ਲੈਂਦੀ ਇੰਡਿਕਾ ਚਲਾ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਾਗਰ ਦੀ ਵਹੁਟੀ ਗੀਤ ਨੂੰ ਤਾਂ ਤੁਸੀਂ ਹੁਣ ਤੱਕ ਜ਼ਰੂਰ ਸੁਣ ਹੀ ਲਿਆ ਹੋਵੇਗਾ, ਜੋ ਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਤੇ ਲੱਖਾਂ ਦੀ ਗਿਣਤੀ ਨਾਲ ਲੋਕ ਇਸ ਗੀਤ ਉੱਪਰ ਰੀਲਸ ਬਣਾ ਰਹੇ ਹਨ। ਪਰ ਸਾਗਰ ਦੀ ਵਹੁਟੀ ਵਾਲੇ ਇਸ ਗੀਤ ਨੂੰ ਗਾਉਣ ਵਾਲੇ ਸਤਨਾਮ ਸਾਗਰ ਅਤੇ ਸ਼ਰਨਜੀਤ ਸੰਮੀ ਦੀ ਆਪਸ ਦੇ ਵਿੱਚ ਕਿਸ ਤਰ੍ਹਾਂ ਮੁਲਾਕਾਤ ਹੋਈ, ਇਹਨਾਂ ਦਾ ਜਨਮ, ਇਹ ਕਿੱਥੋਂ ਦੇ ਰਹਿਣ ਵਾਲੇ ਹਨ, ਇਸ ਜੋੜੀ ਦੇ ਸੁਪਰਹਿੱਟ ਸੌਂਗਸ ਤੇ ਨਾਲ ਹੀ ਇਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਬਾਰੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ। ਇਸ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਸਤਨਾਮ ਸਾਗਰ ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਗੰਡੀ ਵਿੰਡ ਦੇ ਰਹਿਣ ਵਾਲੇ ਹਨ, ਇਹਨਾਂ ਨੂੰ ਬਚਪਨ ਤੋਂ ਹੀ ਸਿੰਗਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਤੇ ਇਹਨਾਂ ਨੇ 4 ਤੋਂ 5 ਸਾਲ ਦੀ ਉਮਰ ਵਿੱਚ ਹੀ ਸਿੰਗਿੰਗ ਸਿੱਖਣੀ ਸ਼ੁਰੂ ਕਰ ਦਿੱਤੀ ਸੀ ਤੇ ਇਹ ਆਪਣੇ ਸਕੂਲ ਵਿੱਚ ਹੋਣ ਵਾਲੇ ਸਿੰਗਿੰਗ ਕੰਪੀਟੀਸ਼ਨ ਵਿੱਚ ਵੀ ਹਿੱਸਾ ਲਿਆ ਕਰਦੇ ਸਨ ਤੇ ਸਿੰਗਿੰਗ ਦੇ ਨਾਲ ਨਾਲ ਸਤਨਾਮ ਸਾਗਰ ਜੀ ਨੇ 18 ਸਾਲ ਦੀ ਉਮਰ ਤੱਕ ਗੀਤ ਲਿਖਣੇ ਵੀ ਸ਼ੁਰੂ ਕਰ ਦਿੱਤੇ ਸਨ ਤੇ 20 ਤੋਂ 21 ਸਾਲ ਦੀ ਉਮਰ ਤੱਕ ਇਹ ਬਹੁਤ ਵਧੀਆ ਗੀਤ ਲਿਖਣ ਲੱਗ ਪਏ ਸਨ। ਸਤਨਾਮ ਸਾਗਰ ਜੀ ਨੇ ਸਿੰਗਿੰਗ ਦੇ ਸਾਰੇ ਦਾਅ ਪੇਜ ਆਪਣੇ ਗੁਰੂ ਸ਼੍ਰੀ ਪੂਰਨ ਚੰਦ ਵਡਾਲੀ ਤੋਂ ਸਿੱਖੇ। ਜਦੋਂ ਇਹ ਆਪਣੇ ਗੀਤ ਲਿਖ ਕੇ ਗਾਉਂਦੇ ਸਨ ਤਾਂ ਉਸ ਸਮੇਂ ਇਹਨਾਂ ਦੇ ਗਾਣਿਆਂ ਦਾ ਮੁੱਲ ਨਹੀਂ ਸੀ ਪੈ ਰਿਹਾ। ਫਿਰ ਉਹ ਇੱਕ ਦਿਨ ਸ਼ਰਨਜੀਤ ਸੰਮੀ ਦੇ ਪਿੰਡ ਅਖਾੜਾ ਲਾਉਣ ਲਈ ਜਾਂਦੇ ਹਨ ਤਾਂ ਸ਼ਰਨਜੀਤ ਸੰਮੀ ਆਪਣੇ ਇੱਕ ਇੰਟਰਵਿਊ ਦੇ ਵਿੱਚ ਦੱਸਦੇ ਹਨ ਕਿ ਉਹ ਉਹਨਾਂ ਨੂੰ ਤੇਜ ਦੇ ਉੱਪਰ 20 ਰੁਪਏ ਦੇਣ ਲਈ ਗਏ ਸਨ ਤੇ ਉੱਥੇ ਸਾਗਰ ਜੀ ਨੇ ਸ਼ਰਨਜੀਤ ਸੰਮੀ ਦਾ ਨਾਮ ਪੁੱਛਿਆ ਤੇ ਜਦੋਂ ਉਹਨਾਂ ਨੇ ਆਪਣਾ ਨਾਮ ਦੱਸਿਆ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਮੌਜੂਦ ਸੀ ਕਿ ਇਸ ਪਿੰਡ ਦੇ ਵਿੱਚ ਇਸ ਨਾਮ ਦੀ ਲੜਕੀ ਬਹੁਤ ਵਧੀਆ ਗਾਉਂਦੀ ਹੈ। ਫਿਰ ਸਤਨਾਮ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਗਾਉਣਾ ਆਉਂਦਾ ਹੈ ਤਾਂ ਉਹਨਾਂ ਨੇ ਹਾਂ ਦੇ ਵਿੱਚ ਜਵਾਬ ਦਿੱਤਾ ਤੇ ਫਿਰ ਸ਼ਰਨਜੀਤ ਸੰਮੀ ਨੇ ਗਾਣਾ ਗਾਇਆ ਤੇ ਉਸ ਸਮੇਂ ਤੋਂ ਹੀ ਇਹ ਜੋੜੀ ਆਪਣਾ ਸਫ਼ਰ ਤੈਅ ਕਰਦੀ ਆ ਰਹੀ ਹੈ। ਇੱਕ ਇੰਟਰਵਿਊ ਦੇ ਵਿੱਚ ਸਤਨਾਮ ਸਾਗਰ ਜੀ ਦੱਸਦੇ ਹਨ, ਇੱਕ ਰਾਤ ਦੇ ਸਮੇਂ ਉਹਨਾਂ ਦੀ ਰੀੜ ਦੀ ਹੱਡੀ ਦੇ ਵਿੱਚ ਫ੍ਰੈਕਚਰ ਹੋ ਗਿਆ ਸੀ ਤੇ ਉਹਨਾਂ ਨੂੰ ਸੱਟ ਲੱਗ ਗਈ ਸੀ ਤੇ ਫਿਰ ਉਹ 2 ਸਾਲ ਦੇ ਕਰੀਬ ਸਮਾਂ ਮੰਜੇ ਤੇ ਹੀ ਰਹੇ ਤੇ ਕੁਝ ਸਮੇਂ ਲਈ ਗਾਇਕੀ ਤੋਂ ਵੀ ਦੂਰ ਹੋ ਗਏ। ਬਾਕੀ ਇਸ ਜੋੜੀ ਨੇ ਕਈ ਸੁਪਰਹਿੱਟ ਸੌਂਗਸ ਗਾਏ ਤੇ ਲੱਖਾਂ ਕਰੋੜਾਂ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕੀਤਾ। ਬਾਕੀ ਇਸ ਜੋੜੀ ਦੇ ਬੀਤੇ ਦਿਨ ਹੀ ਆਏ ਸੌਂਗ ਸਾਗਰ ਦੀ ਵਹੁਟੀ ਨੂੰ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਬਾਕੀ ਤੁਹਾਨੂੰ ਸਤਨਾਮ ਸਾਗਰ ਦਾ ਸਾਗਰ ਦੀ ਵਹੁਟੀ ਸੌਂਗ ਕਿੱਦਾਂ ਦਾ ਲੱਗਿਆ ਇਹ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ। ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਥੋੜ੍ਹੀ ਜਿਹੀ ਵੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਤੇ ਮਿੱਤਰਾਂ ਦੇ ਨਾਲ ਸ਼ੇਅਰ ਕਰਨ ਦੇ ਨਾਲ ਨਾਲ ਇਸ ਵੀਡੀਓ ਨੂੰ ਲਾਈਕ ਤੇ ਅਜਿਹੀਆਂ ਹੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ।